नानक शायन देव कहते नानक शायन देव कहते। कविता का नाम बुधवार पेट। रात दियां सहेलियां घरां वल पिठ करके बाजार वल झाकदियां ने। जे सीता शकुंतला सावित्री औरत दे नां ने तां इह कौण ने जो वस्तुआं च बदल गईयां ने। देह दहलीज ते खड़ियां किसनूं उड़ीक रहियां ने। मुसाफिर रात दे देहां उलंघ दे किन्ना कुछ छड आउंदे। वस्तुआं किन्ना कुछ झणक दिंदियां ਮੱਥੇ ਦੀ ਤ੍ਰਿਲੀ ਵਾਂਗ। ਨਹੀਂ ਜਾਣਦੀਆਂ ਮੁਸਾਫਰਾਂ ਨੂੰ ਨਾ ਹੀ ਮੁਸਾਫਿਰ ਜਾਣਦੇ। ਵਸਤੂਆਂ ਫਿਰ ਵੀ ਮਰਜ਼ੀ ਬਣ ਜਾਂਦੀਆਂ ਵਿਸ਼ਵਿਸ ਜਾਂਦੀਆਂ। ਕਿੱਥੋਂ ਆਈਆਂ ਇਹ ਲਟ ਲਟ ਬਲਦੀਆਂ ਕਿੱਥੋਂ ਆਈਆਂ ਇਹ ਲਟ ਲਟ ਬਲਦੀਆਂ। ਕਿਵੇਂ ਬਣੀਆਂ ਇਹ ਵਸਤੂਆਂ ਦੇਹ ਦੇ ਅੰਦਰ ਝਾਕੇ ਕਿਹੜਾ। ਪਰ ਦੇਹ ਦਹਲੀਜ਼ 'ਤੇ ਖੜੀਆਂ ਉੜੀਕਣ ਰਾਤ ਦੇ ਮੁਸਾਫਰਾਂ ਨੂੰ। ਇਹਦਾ ਦੂਜਾ ਛੇੜ ਹੈ ਜੀ ਬੁੱਧਵਾਰ ਪੇਠ। ਇਹ ਜੋ ਤੇਰੇ ਲਈ ਦੇਹ ਦਾ ਵਿਛਾਉਣਾ ਵਿਛਾਇਆ ਹੈ ਮੇਰਾ ਨਹੀਂ ਹੈ। ਇਹ ਜੋ ਤੇਰੇ ਲਈ ਦੇਹ ਦਾ ਵਿਛਾਉਣਾ ਵਿਛਾਇਆ ਹੈ ਮੇਰਾ ਨਹੀਂ ਹੈ। ਪਰ ਦੇਹ ਦੇ ਸਿਰਾਣੇ ਜੋ ਦਮੜੇ ਤੂੰ ਰੱਖੇ ਨੇ ਉਹ ਮੇਰੇ ਨੇ। ਪਰ ਦੇਹ ਦੇ ਸਿਰਾਣੇ ਜੋ ਦਮੜੇ ਰੱਖੇ ਨੇ ਉਹ ਮੇਰੇ ਨੇ। ਇਹੀ ਤਾਂ ਰਿਸ਼ਤਾ ਹੈ ਤੇਰਾ ਮੇਰਾ। ਇਹੀ ਤਾਂ ਰਿਸ਼ਤਾ ਹੈ ਤੇਰਾ ਮੇਰਾ ਦੇਹ ਦਮੜਾ। ਸ਼ੁਕਰੀਆ। ਕਵਿਤਾ ਦਾ ਨਾਂ ਹੈ ਨਵਾਂ ਡਰ। ਤੁਹਾਨੂੰ ਬਹੁਤ ਭੁੱਖ ਲੱਗੀ ਹੈ ਵਰਤ ਵੀ ਆਪਣੀ ਸੀਮਾ ਉਲੰਘ ਗਏ। ਹੋ ਗਈ ਹੋਵੇ ਜਿਵੇਂ ਕਈ ਦਿਨਾਂ ਦੀ ਨਿਰਜਲਾ ਕਾਦਸ਼ੀ। ਰੋਟੀ ਵਾਲੀ ਥਾਲੀ ਤੁਹਾਡੇ ਮੂਹਰੇ ਪਈ ਹੈ ਤੁਸੀਂ ਬੁਰਕੀ ਤੋੜਨ ਲੱਗੋ ਤਾਂ ਅਚਾਨਕ ਰੋਟੀ ਵਾਲੀ ਥਾਲੀ ਗਾਇਬ ਹੋ ਜਾਏ। ਤੁਸੀਂ ਥਾਂ ਖਾਲੀ ਥਾਂ ਨੂੰ ਦੇਖਦੇ ਰਹਿ ਜਾਵੋ। ਭੁੱਖ ਤੱਤੇ ਤਵੇ 'ਤੇ ਪਈ ਬੂੰਦ ਵਾਂਗ ਭੜਕੇ ਅਤੇ ਤੁਸੀਂ ਬੂੰਦ ਵਿਚਲੇ ਜਲ ਵਾਂਗ ਸ਼ਾਂਤ ਰਹੋ। ਹਾੜ ਦੀ ਤਪਸ਼ ਨੇ ਲੂਹ ਸੁੱਟਿਆ ਧਰਤੀ ਨੂੰ ਪਿਆਸ ਬੁੱਲਾਂ 'ਤੇ ਪਪੜੀ ਬਣ ਗਈ। ਪਾਣੀ ਵਿਚਲਾ ਅੰਮ੍ਰਿਤ ਤੱਤ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਹੈ। ਪਾਣੀ ਨਾਲ ਭਰਿਆ ਗਿਲਾਸ ਤੁਹਾਡੇ ਹੱਥੋਂ ਕੋਈ ਅਚਾਨਕ ਖੋਹ ਲਵੇ ਤੁਸੀਂ ਹੱਥ ਮਲਦੇ ਰਹਿ ਜਾਵੋ। ਆਖਰੀ ਪਾਣੀ ਦੇ ਰੁੜ ਜਾਣ 'ਤੇ ਵੀ ਕੋਈ ਜਵਾਰ ਭਾਟਾ ਤੁਹਾਡੇ ਅੰਦਰੋਂ ਨਾ ਉੱਠੇ। ਸਾਰੇ ਦਿਨ ਦੇ ਕੰਮਕਾਰ ਤੋਂ ਥੱਕੇ ਹਾਰੇ ਤੁਸੀਂ ਘਰ ਆਵੋ। ਘਰ ਦੇ ਬੰਦ ਦਰਵਾਜ਼ੇ 'ਤੇ ਇੱਕ ਤਖਤੀ ਲਾਸ਼ ਵਾਂਗ ਲਟਕਦੀ ਮਿਲੇ ਜਿਸ 'ਤੇ ਲਿਖਿਆ ਹੈ ਇਹ ਘਰ ਵਿਕ ਚੁੱਕਿਆ ਹੈ। ਕਿਸਨੇ ਖਰੀਦਿਆ ਕਿਸਨੇ ਵੇਚਿਆ। ਘਰ ਦਾ ਮਾਲਕ ਹੋ ਕੇ ਵੀ ਓਪਰਿਆਂ ਵਾਂਗ ਮੂੰਹ ਟੱਡੀ ਖੜ੍ਹੇ ਰਹੋ। ਤੁਹਾਡੇ ਪੈਰਾਂ ਹੇਠਲੀ ਜ਼ਮੀਨ ਰਤਾ ਵੀ ਨਾ ਖਿਸਕੇ। ਉਮਰ ਨੂੰ ਤੇਜ਼ੀ ਨਾਲ ਧਨ ਨੂੰ ਬਹੁਤ ਧੀਮੀ ਗਤੀ ਨਾਲ ਵਾਧਾ ਦੇਖਦੇ ਹੋ। ਫਿਰ ਵੀ ਉਹ ਜਾਣੇ ਕਹਿ ਕੇ ਖੁਸ਼ ਹੋ ਜਾਂਦੇ ਹੋ। ਸਬਰ ਸ਼ੁਕਰ ਕੋਈ ਮਾਟੋ ਤਾਂ ਨਹੀਂ ਹਾਦਾ ਨਾਰਾ ਜ਼ਰੂਰ ਹੈ। ਜੋ ਬੰਦਾ ਆਪਣੇ ਲਈ ਮਾਰਦਾ ਹੈ ਕਿਸੇ ਦਿਨ ਅਚਾਨਕ ਪਤਾ ਲੱਗੇ ਕਿ ਢਿੱਡ ਨੂੰ ਗੱਠਾਂ ਦੇ ਦੇ ਕੇ ਜੋੜੇ ਪੈਸੇ ਖਾਤੇ 'ਚ ਹੀ ਦਮ ਤੋੜ ਗਏ। ਫਿਰ ਵੀ ਲਹੂ ਪਸੀਨੇ ਵਾਲੀ ਕਮਾਈ ਵਾਲਾ ਲਹੂ ਅੱਖਾਂ 'ਚ ਨਾ ਆਵੇ। ਦਰਅਸਲ ਉਹ ਬੰਦੇ ਨੂੰ ਚੱਕੇ ਵਾਂਗ ਗੋਲ ਕਰਨ ਦੇ ਆਹਰ 'ਚ ਨੇ। ਇਸੇ ਲਈ ਤਰ੍ਹਾਂ ਤਰ੍ਹਾਂ ਦੇ ਤਸੀਹਿਆਂ ਦੀ ਭੱਠੀ 'ਚ ਪਿਘਲਾ ਰਹੇ ਨੇ। ਕਈ ਤਾਂ ਪੰਘਰ ਗਏ ਕਈ ਟੁੱਟਦਾ ਗਏ ਪਰ ਮੁੜ ਕੇ ਸਿਫਰ ਨਾ ਬਣੇ। ਉਹ ਚਾਹੁੰਦੇ ਨੇ ਖੋਹ ਲੈਣੀ ਸਾਡਾ ਬਚਪਨ ਸਾਡੀ ਭਾਸ਼ਾ ਸਾਡੇ ਸਕੂਲ। ਉਹ ਖੋਹ ਲੈਣਾ ਚਾਹੁੰਦੇ ਨੇ ਸਾਡਾ ਗੁੱਸਾ ਜੋ ਹੁਣ ਕਦੇ ਆਉਂਦਾ ਨਹੀਂ। ਅਤੇ ਰੋਜ਼ ਨਵੇਂ ਡਰ ਦਾ ਜ਼ਰਦ ਰੰਗ ਮਲ ਦੇਣਾ ਚਾਹੁੰਦੇ ਨੇ ਸਾਡੇ ਚਿਹਰਿਆਂ 'ਤੇ ਸਾਡੇ ਚਿਹਰਿਆਂ 'ਤੇ। ਥੈਂਕ ਯੂ।